हेलो बच्चियों, इस एपिसोड विच तुसी कर्णियां दा प्रमेयीकरण अते इसकी वर्तों बारे सीखोगे। आओ शुरू कर दें। हाँ, कर्णियां दा प्रमेयीकरण भाव रेशनलाइजेशन ऑफ सर्ट्स। जदों दो कर्णियां दा गुणनफल एक परिमेय संख्या होवे तां दोवें करनियां विचों हरेक करनी एक दूजे दा परिमेय गुणनखंड कहौंदियां हन। उदाहरण लई, वर्गमूल 3 जमा वर्गमूल 2 सारे दी गुणा वर्गमूल 3 माइनस वर्गमूल 2 ऐ बराबर होवेगा वर्गमूल 3 दा वर्ग माइनस वर्गमूल 2 दा वर्ग, क्योंकि असी जानदे हां ए जमा बी गुणा ए माइनस बी बराबर हुंदा है ए दा वर्ग माइनस बी दा वर्ग। इत्थे ए दी थां ते वर्गमूल 3 ਅਤੇ b ਦੀ ਥਾਂ ਤੇ ਵਰਗਮੂਲ 2 ਹੈ। ਹੁਣ ਅਗਾਂ ਵਰਗ ਨਾਲ ਵਰਗਮੂਲ ਹਟਾਉਣ ਤੇ ਇਹ ਬਰਾਬਰ ਆਵੇਗਾ 3 ਮਾਈਨਸ 2 ਜੋ ਕਿ ਬਰਾਬਰ 1 ਹੋਵੇਗਾ। ਤਾਂ ਇੱਥੇ ਵਰਗਮੂਲ 3 ਮਾਈਨਸ ਵਰਗਮੂਲ 2 ਨੂੰ ਵਰਗਮੂਲ 3 ਜਮ੍ਹਾਂ ਵਰਗਮੂਲ 2 ਦਾ ਇੱਕ ਪਰਿਮੇਈ ਗੁਣਨਖੰਡ ਕਹਾਂਗੇ, ਅਤੇ ਵਰਗਮੂਲ 3 ਜਮ੍ਹਾਂ ਵਰਗਮੂਲ 2 ਨੂੰ ਵਰਗਮੂਲ 3 ਮਾਈਨਸ ਵਰਗਮੂਲ 2 ਦਾ ਇੱਕ ਪਰਿਮੇਈ ਗੁਣਨਖੰਡ ਕਹਾਂਗੇ। इस तरह एक दिती हुई करनी नू इस ते परिमेय गुणनखंड नाल गुणा करके परिमेय संख्या प्राप्त करन दी प्रक्रिया नू दिती हुई करनी दा प्रमेयीकरण करना कहिंदे हन। आओ इस विधि नू एक उदाहरण राही समझते हां। व्यंजक वर्गमूल 2 बटा 3 गुणा वर्गमूल 5 नू अजेहे व्यंजक ते रूप विच दर्शाओ जिसका हर परिमेय संख्या होवे। आओ ਹੁਣ ਇਸ ਦਾ ਹੱਲ ਵੇਖਦੇ ਹਾਂ। ਵਰਗਮੂਲ 2 ਬਟਾ 3 ਗੁਣਾ ਵਰਗਮੂਲ 5, ਇੱਥੇ ਦਿੱਤੇ ਵਿਅੰਜਕ ਦੇ ਹਰ ਵਿੱਚ ਵਰਗਮੂਲ 5 ਕਰਨੀ ਹੈ, ਇਸ ਲਈ ਇਸ ਦਿੱਤੀ ਕਰਨੀ ਦੇ ਅੰਸ਼ ਅਤੇ ਹਰ ਨੂੰ ਵਰਗਮੂਲ 5 ਨਾਲ ਗੁਣਾ ਕਰਨ ਤੇ ਸਾਨੂੰ ਪ੍ਰਾਪਤ ਹੁੰਦਾ ਹੈ ਵਰਗਮੂਲ 2 ਬਟਾ 3 ਗੁਣਾ ਵਰਗਮੂਲ 5 ਇਹ ਬਰਾਬਰ ਵਰਗਮੂਲ 2 ਗੁਣਾ ਵਰਗਮੂਲ 5 ਬਟਾ 3 ਗੁਣਾ ਵਰਗਮੂਲ 5 ਗੁਣਾ ਵਰਗਮੂਲ 5। ਤਾਂ ਇਹ ਅਗਾਂ ਬਰਾਬਰ ਆਵੇਗਾ 2 ਗੁਣਾ 5 ਸਾਰੇ ਦਾ ਵਰਗਮੂਲ ਬਟਾ 3 ਗੁਣਾ ਵਰਗਮੂਲ 5 ਦਾ ਵਰਗ, ਕਿਉਂਕਿ ਜਦੋਂ ਅਸੀਂ ਵਰਗਮੂਲ 2 ਨੂੰ ਵਰਗਮੂਲ 5 ਨਾਲ ਗੁਣਾ ਕਰਦੇ ਹਾਂ ਤਾਂ ਇਸ ਨੂੰ ਇੰਝ ਲਿਖ ਸਕਦੇ ਹਾਂ, ਇਹ ਬਰਾਬਰ 2 ਗੁਣਾ 5 ਸਾਰੇ ਦਾ ਵਰਗਮੂਲ ਅਤੇ ਵਰਗਮੂਲ 5 ਗੁਣਾ ਵਰਗਮੂਲ 5 ਬਰਾਬਰ ਹੋਵੇਗਾ ਵਰਗਮੂਲ 5 ਦੇ ਵਰਗ ਦੇ। ਹੁਣ ਇੱਥੇ ਹਰ ਵਿੱਚ ਵਰਗ ਨਾਲ ਵਰਗਮੂਲ ਹਟਾਉਣ ਤੇ ਅਗਾਂ ਇਹ ਬਰਾਬਰ ਆਵੇਗਾ ਵਰਗਮੂਲ 10 ਬਟਾ 3 ਗੁਣਾ 5, ਤਾਂ ਅਗਾਂ ਬਰਾਬਰ ਵਰਗਮੂਲ 10 ਬਟਾ 15। ਇਸ ਤਰ੍ਹਾਂ ਵਰਗਮੂਲ 10 ਬਟਾ 15 ਵਿਅੰਜਕ ਵਰਗਮੂਲ 2 ਬਟਾ 3 ਗੁਣਾ ਵਰਗਮੂਲ 5 ਦਾ ਅਜਿਹਾ ਵਿਅੰਜਕ ਰੂਪ ਹੈ ਜਿਸ ਦਾ ਹਰ ਇੱਕ ਪ੍ਰਿਮੇਯ ਸੰਖਿਆ ਹੈ। ਆਓ ਹੁਣ ਇਸ ਨਾਲ ਸੰਬੰਧਿਤ ਇੱਕ ਹੋਰ ਉਦਾਹਰਣ ਵੇਖਦੇ ਹਾਂ। 5 ਜਮ੍ਹਾਂ ਵਰਗਮੂਲ 6 ਬਟਾ 5 ਮਾਈਨਸ ਵਰਗਮੂਲ 6 ਨੂੰ ਪਰਿਮੇ ਹਰ ਵਿੱਚ ਬਦਲ ਕੇ ਸਰਲ ਕਰੋ। ਆਓ ਹੁਣ ਇਸ ਦਾ ਹੱਲ ਵੇਖਦੇ ਹਾਂ। 5 ਜਮ੍ਹਾਂ ਵਰਗਮੂਲ 6 ਬਟਾ 5 ਮਾਈਨਸ ਵਰਗਮੂਲ 6, ਇੱਥੇ ਦਿੱਤੇ ਵਿਅੰਜਕ ਦੇ ਅੰਸ਼ ਅਤੇ ਹਰ ਨੂੰ ਇਸ ਦੇ ਹਰ 5 ਮਾਈਨਸ ਵਰਗਮੂਲ 6 ਦੇ ਪਰਿਮੇਈ ਗੁਣਨਖੰਡ 5 ਜਮ੍ਹਾਂ ਵਰਗਮੂਲ 6 ਨਾਲ ਗੁਣਾ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ 5 ਜਮ੍ਹਾਂ ਵਰਗਮੂਲ 6 ਬਟਾ 5 ਮਾਈਨਸ ਵਰਗਮੂਲ 6 ਬਰਾਬਰ 5 ਜਮ੍ਹਾਂ ਵਰਗਮੂਲ 6 ਬਟਾ 5 ਮਾਈਨਸ ਵਰਗਮੂਲ 6 ਗੁਣਾ 5 ਜਮ੍ਹਾਂ ਵਰਗਮੂਲ 6 ਬਟਾ 5 ਜਮ੍ਹਾਂ ਵਰਗਮੂਲ 6। ਤਾਂ ਇਹ ਬਰਾਬਰ ਆਵੇਗਾ 5 ਜਮ੍ਹਾਂ ਵਰਗਮੂਲ 6 ਸਾਰੇ ਦਾ ਵਰਗ ਸਾਰੇ ਦੇ ਬਟਾ 5 ਦਾ ਵਰਗ ਮਾਈਨਸ ਵਰਗਮੂਲ 6 ਦਾ ਵਰਗ, ਕਿਉਂਕਿ ਅਸੀਂ ਜਾਣਦੇ ਹਾਂ ਏ ਮਾਈਨਸ ਬੀ ਗੁਣਾ ਏ ਜਮ੍ਹਾਂ ਬੀ ਬਰਾਬਰ ਏ ਦਾ ਵਰਗ ਮਾਈਨਸ ਬੀ ਦਾ ਵਰਗ ਹੁੰਦਾ ਹੈ। ਤਾਂ ਇੱਥੇ ਹਰ ਵਿੱਚ ਏ ਦੀ ਥਾਂ 'ਤੇ 5 ਅਤੇ ਬੀ ਦੀ ਥਾਂ 'ਤੇ ਵਰਗਮੂਲ 6 ਹੈ। ਹੁਣ ਅਗਾਂ ਇਹ ਬਰਾਬਰ 5 ਦਾ ਵਰਗ ਜਮ੍ਹਾਂ ਵਰਗਮੂਲ 6 ਦਾ ਵਰਗ ਜਮ੍ਹਾਂ 2 ਗੁਣਾ 5 ਗੁਣਾ ਵਰਗਮੂਲ 6 ਸਾਰੇ ਦੇ ਬਟਾ 25 ਮਾਈਨਸ 6, ਕਿਉਂਕਿ ਏ ਜਮ੍ਹਾਂ ਬੀ ਸਾਰੇ ਦਾ ਵਰਗ ਬਰਾਬਰ ਹੁੰਦਾ ਹੈ ਏ ਦਾ ਵਰਗ ਜਮ੍ਹਾਂ ਬੀ ਦਾ ਵਰਗ ਜਮ੍ਹਾਂ 2 ਏ ਬੀ ਦੇ। ਇੱਥੇ ਅੰਸ਼ ਵਿੱਚ ਏ ਦੀ ਥਾਂ 'ਤੇ 5 ਅਤੇ ਬੀ ਦੀ ਥਾਂ 'ਤੇ ਵਰਗਮੂਲ 6 ਹੈ। ਹੁਣ ਅਗਾਂ ਇਹਨਾਂ ਨੂੰ ਹੱਲ ਕਰਨ 'ਤੇ ਇਹ ਬਰਾਬਰ 25 ਜਮ੍ਹਾਂ 6 ਜਮ੍ਹਾਂ 10 ਗੁਣਾ ਵਰਗਮੂਲ 6 ਬਟਾ 19 ਭਾਵ ਇਹ ਬਰਾਬਰ 31 ਜਮ੍ਹਾਂ 10 ਗੁਣਾ ਵਰਗਮੂਲ 6 ਬਟਾ 19 ਦੇ, ਜੋ ਕਿ
ਇਸ ਦਾ ਪਰਮੇਹ ਹਰ ਰੂਪ ਹੈ। ਹੁਣ ਤੱਕ ਤੁਸੀਂ ਕਰਨੀਆਂ ਦਾ ਪ੍ਰਮੇਯੀਕਰਨ ਅਤੇ ਇਸ ਦੀ ਵਰਤੋਂ ਬਾਰੇ ਸਿੱਖਿਆ ਹੈ। ਆਓ ਹੁਣ ਇਸ ਤੇ ਆਧਾਰਿਤ ਕੁਝ ਉਦਾਹਰਣਾਂ ਨੂੰ ਹੱਲ ਕਰੀਏ। ਆਓ ਹੁਣ ਇੱਕ ਉਦਾਹਰਣ ਵੇਖੀਏ। 2 ਗੁਣਾ ਵਰਗਮੂਲ 7 ਪਟਾ ਵਰਗਮੂਲ 11 ਨੂੰ ਪਰਿਮੇਹ ਹਾਰ ਨਾਲ ਦਰਸਾਓ। ਹੱਲ। ਇੱਥੇ ਸਾਨੂੰ ਦਿੱਤਾ ਵਿਅੰਜਕ 2 ਗੁਣਾ ਵਰਗਮੂਲ 7 ਪਟਾ ਵਰਗਮੂਲ 11 ਹੈ। ਇਸ ਦਾ ਹਰ 11 ਹੈ, ਇਸ ਲਈ ਅਸੀਂ 2 ਗੁਣਾ ਵਰਗਮੂਲ 7 ਪਟਾ ਵਰਗਮੂਲ 11 ਦੇ ਅੰਸ਼ ਅਤੇ ਹਰ ਨੂੰ ਵਰਗਮੂਲ 11 ਨਾਲ ਗੁਣਾ ਕਰਨ ਤੇ ਪ੍ਰਾਪਤ ਕਰਦੇ ਹਾਂ। 2 ਗੁਣਾ ਵਰਗਮੂਲ 7 ਪਟਾ ਵਰਗਮੂਲ 11 ਬਰਾਬਰ 2 ਗੁਣਾ ਵਰਗਮੂਲ 7 ਗੁਣਾ ਵਰਗਮੂਲ 11 ਪਟਾ ਵਰਗਮੂਲ 11 ਗੁਣਾ ਵਰਗਮੂਲ 11 ਤਾਂ ਇਹ ਅਗਾਂ ਬਰਾਬਰ 2 ਗੁਣਾ 7 ਗੁਣਾ 11 ਸਾਰੇ ਦਾ ਵਰਗਮੂਲ ਬਟਾ ਵਰਗਮੂਲ 11 ਦਾ ਵਰਗ, ਕਿਉਂਕਿ ਵਰਗਮੂਲ 7 ਗੁਣਾ ਵਰਗਮੂਲ 11 ਨੂੰ ਅਸੀਂ ਇੰਝ ਲਿਖ ਸਕਦੇ ਹਾਂ, ਇਹ ਬਰਾਬਰ 7 ਗੁਣਾ 11 ਸਾਰੇ ਦਾ ਵਰਗਮੂਲ ਅਤੇ ਵਰਗਮੂਲ 11 ਗੁਣਾ ਵਰਗਮੂਲ 11 ਬਰਾਬਰ ਹੋਵੇਗਾ ਵਰਗਮੂਲ 11 ਦੇ ਵਰਗ ਦੇ। ਤਾਂ ਇਸ ਤੋਂ ਭਾਵ 2 ਗੁਣਾ ਵਰਗਮੂਲ 7 ਵਟਾ ਵਰਗਮੂਲ 11 ਬਰਾਬਰ 2 ਗੁਣਾ ਵਰਗਮੂਲ 77 ਵਟਾ, ਕਿਉਂਕਿ ਇੱਥੇ ਵਰਗਮੂਲ ਨੂੰ ਵਰਗ ਨਾਲ ਹਟਾ ਸਕਦੇ ਹਾਂ, ਤਾਂ ਇਹ ਬਰਾਬਰ ਆਵੇਗਾ 11। ਤਾਂ ਇਸ ਲਈ ਇੱਥੇ ਵਿਅੰਜਕ 2 ਗੁਣਾ ਵਰਗਮੂਲ 7 ਵਟਾ ਵਰਗਮੂਲ 11 ਨੂੰ ਅਸੀਂ ਇੰਝ ਲਿਖ ਸਕਦੇ ਹਾਂ, ਇਹ ਬਰਾਬਰ 2 ਗੁਣਾ ਵਰਗਮੂਲ 77 ਵਟਾ 11। ਇੱਥੇ ਇਸ ਦਾ ਹਰ 11 ਹੈ, ਜੋ ਕਿ ਇੱਕ ਪਰਿਮੇਯ ਸੰਖਿਆ ਹੈ। ਤਾਂ ਇਸ ਲਈ ਅਸੀਂ ਕਹਿ ਸਕਦੇ ਹਾਂ ਵਿਅੰਜਕ 2 ਗੁਣਾ ਵਰਗਮੂਲ 7 ਵਟਾ ਵਰਗਮੂਲ 11 ਨੂੰ ਅਸੀਂ ਇਸ ਦੇ ਪਰਿਮੇਯ ਹਰ ਦੇ ਰੂਪ ਵਿੱਚ ਇੰਝ ਲਿਖ ਸਕਦੇ ਹਾਂ, ਇਹ ਬਰਾਬਰ 2 ਗੁਣਾ ਵਰਗਮੂਲ 77 ਵਟਾ 11 ਦੇ, ਜੋ ਕਿ ਅਸੀਂ ਦਰਸਾਉਣਾ ਸੀ। ਆਓ ਹੁਣ ਅਗਲਾ ਉਦਾਹਰਣ ਵੇਖੀਏ। 1 ਵਟਾ 3 ਜਮਾ ਵਰਗਮੂਲ 2 ਨੂੰ ਪਰਿਮੇਯ ਹਰ ਵਿੱਚ ਬਦਲ ਕੇ ਸਰਲ ਕਰੋ। ਹੱਲ। ਸਾਨੂੰ ਦਿੱਤਾ ਵਿਅੰਜਕ 1 ਵਟਾ 3 ਜਮਾ ਵਰਗਮੂਲ 2 ਹੈ। ਇਸ ਦਾ ਹਰ 3 ਜਮਾ ਵਰਗਮੂਲ 2 ਹੈ, ਜਿਸ ਦਾ ਸੰਬੰਧਕ 3 ਮਾਈਨਸ ਵਰਗਮੂਲ 2 ਹੈ, ਕਿਉਂਕਿ 3 ਜਮਾ ਵਰਗਮੂਲ 2 ਨੂੰ 3 ਮਾਈਨਸ ਵਰਗਮੂਲ 2 ਨਾਲ ਗੁਣਾ ਕਰਨ 'ਤੇ ਇਹ ਬਰਾਬਰ ਆਵੇਗਾ 3 ਦਾ ਵਰਗ,
माइनस वर्गमूल दो का वर्ग जिमें कि असी जानते हाँ ए जमा बी गुणा ए माइनस बी बराबर हुंदा है ए का वर्ग माइनस बी का वर्ग। इतने ए की थां ते तीन अते बी की थां ते वर्गमूल दो है इसलिए ए बराबर तीन का वर्ग माइनस वर्गमूल दो का वर्ग। हुण इतने वर्ग नाल वर्गमूल हटाउण ते ए बराबर नौ माइनस दो बराबर सत्त दे जिहड़ी कि परिमेय संख्या है इसलिए तीन माइनस वर्गमूल दो तीन जमा वर्गमूल दो का संबंधक है। हुण दित्ते व्यंजक ते अंश अते हर नू इस दे हर दे संबंधक नाल गुणा करन ते असी प्राप्त कर दी हाँ एक बटा तीन जमा वर्गमूल दो ए बराबर एक गुणा तीन माइनस वर्गमूल दो बटा तीन जमा वर्गमूल दो गुणा तीन माइनस वर्गमूल दो दे ता ए बराबर तीन माइनस वर्गमूल दो बटा तीन का वर्ग माइनस वर्गमूल दो का वर्ग। जिमें कि असी पहला वेख चुके हाँ भाव क्योंकि असी जानते हाँ ए जमा बी गुणा ए माइनस बी बराबर हुंदा है ए का वर्ग माइनस बी का वर्ग। इत्थे ए की थां ते तीन अते बी की थां ते वर्गमूल दो है ता इसलिए तीन जमा वर्गमूल दो गुणा तीन माइनस वर्गमूल दो बराबर होगा तीन का वर्ग माइनस वर्गमूल दो का वर्ग। हुण इत्थे वर्ग नाल वर्गमूल हटाउण ते ए बराबर आवेगा इसलिए एक बटा तीन जमा वर्गमूल दो बराबर तीन माइनस वर्गमूल दो बटा नौ माइनस दो बराबर तीन माइनस वर्गमूल दो बटा सत्त दे जो कि दित्ते व्यंजक दा परिमेय हर विच सरल रूप है जो कि असी पता करना सी। हुण तक तुसी करनिया दा प्रमेयीकरण अते इस दी वरतों ते आधारित कुछ उदाहरणां नूं हल कीता है। आओ हुण इस ते आधारित कुछ होर उदाहरणां नूं हल करिए। आओ हुण अगला उदाहरण वेखिए सत जमा तीन गुणा वर्गमूल पांच बटा सत माइनस तीन गुणा वर्गमूल पांच नूं परिमेय हर विच बदल के सरल करो। हल सानू दिता व्यंजक सत जमा तीन गुणा वर्गमूल पांच बटा सत माइनस तीन गुणा वर्गमूल पांच है।
ਜਿਸ ਦਾ ਹਰ 7 ਮਾਈਨਸ 3 ਗੁਣਾ ਵਰਗਮੂਲ 5 ਹੈ ਅਤੇ ਇਸ ਦਾ ਸੰਬੰਧਕ 7 ਜਮ੍ਹਾਂ 3 ਗੁਣਾ ਵਰਗਮੂਲ 5 ਹੋਵੇਗਾ। ਕਿਉਂਕਿ 7 ਮਾਈਨਸ 3 ਗੁਣਾ ਵਰਗਮੂਲ 5 ਦੀ ਗੁਣਾ 7 ਜਮ੍ਹਾਂ 3 ਗੁਣਾ ਵਰਗਮੂਲ 5 ਨਾਲ ਕਰਨ ਤੇ ਇਹ ਬਰਾਬਰ 7 ਦਾ ਵਰਗ ਮਾਈਨਸ 3 ਗੁਣਾ ਵਰਗਮੂਲ 5 ਦਾ ਵਰਗ, ਕਿਉਂਕਿ ਅਸੀਂ ਜਾਣਦੇ ਹਾਂ a ਜਮ੍ਹਾਂ b ਗੁਣਾ a ਮਾਈਨਸ b ਬਰਾਬਰ ਹੁੰਦਾ ਹੈ a ਦਾ ਵਰਗ ਮਾਈਨਸ b ਦਾ ਵਰਗ। ਇੱਥੇ a ਦੀ ਥਾਂ ਤੇ 7 ਅਤੇ b ਦੀ ਥਾਂ ਤੇ 3 ਗੁਣਾ ਵਰਗਮੂਲ 5 ਹੈ, ਇਸ ਲਈ ਇੱਥੇ ਇਹ ਬਰਾਬਰ ਹੋਵੇਗਾ 7 ਦਾ ਵਰਗ ਮਾਈਨਸ 3 ਗੁਣਾ ਵਰਗਮੂਲ 5 ਦਾ ਵਰਗ। ਤਾਂ ਅਗਾਂ ਇਹ ਬਰਾਬਰ 49 ਮਾਈਨਸ 3 ਦਾ ਵਰਗ ਗੁਣਾ ਵਰਗਮੂਲ 5 ਦਾ ਵਰਗ, ਕਿਉਂਕਿ ਅਸੀਂ 3 ਗੁਣਾ ਵਰਗਮੂਲ 5 ਸਾਰੇ ਦੇ ਵਰਗ ਨੂੰ ਇੰਝ ਲਿਖ ਸਕਦੇ ਹਾਂ 3 ਦਾ ਵਰਗ ਗੁਣਾ ਵਰਗਮੂਲ 5 ਦਾ ਵਰਗ। ਹੁਣ ਇੱਥੇ ਵਰਗ ਨਾਲ ਵਰਗਮੂਲ ਹਟਾਉਣ ਤੇ ਇਹ ਬਰਾਬਰ 49 ਮਾਈਨਸ 9 ਗੁਣਾ 5 ਬਰਾਬਰ 49 ਮਾਈਨਸ 45 ਬਰਾਬਰ ਹੋਵੇਗਾ 4 ਦੇ, ਜਿਹੜੀ ਕਿ ਇੱਕ ਪਰਿਮੇਯ ਸੰਖਿਆ ਹੈ। ਇਸ ਲਈ 7 ਮਾਈਨਸ 3 ਗੁਣਾ ਵਰਗਮੂਲ 5 7 ਜਮ੍ਹਾਂ 3 ਗੁਣਾ ਵਰਗਮੂਲ 5 ਦਾ ਸੰਬੰਧਕ ਹੈ। ਤਾਂ ਹੁਣ 7 ਨੂੰ ਇਸ ਦੇ ਹਰ ਦੇ ਸੰਬੰਧਕ ਨਾਲ ਗੁਣਾ ਕਰਨ ਤੇ ਅਸੀਂ ਪ੍ਰਾਪਤ ਕਰਦੇ ਹਾਂ 7 ਜਮ੍ਹਾਂ 3 ਗੁਣਾ ਵਰਗਮੂਲ 5 ਬਟਾ 7 ਮਾਈਨਸ 3 ਗੁਣਾ ਵਰਗਮੂਲ 5 ਇਹ ਬਰਾਬਰ 7 ਜਮ੍ਹਾਂ 3 ਗੁਣਾ ਵਰਗਮੂਲ 5 ਗੁਣਾ 7 ਜਮ੍ਹਾਂ 3 ਗੁਣਾ ਵਰਗਮੂਲ 5 ਬਟਾ 7 ਮਾਈਨਸ 3 ਗੁਣਾ ਵਰਗਮੂਲ 5 ਗੁਣਾ 7 ਜਮ੍ਹਾਂ 3 ਗੁਣਾ ਵਰਗਮੂਲ 5 ਦੇ। ਤਾਂ ਇਹ ਅਗਾਂ ਬਰਾਬਰ 7 ਜਮ੍ਹਾਂ 3 ਗੁਣਾ ਵਰਗਮੂਲ 5 ਸਾਰੇ ਦਾ ਵਰਗ ਬਟਾ 7 ਦਾ ਵਰਗ ਮਾਈਨਸ 3 ਗੁਣਾ ਵਰਗਮੂਲ 5 ਦਾ ਵਰਗ। ਕਿਉਂਕਿ ਅਸੀਂ ਜਾਣਦੇ ਹਾਂ ਕਿ a ਮਾਈਨਸ b ਗੁਣਾ a ਜਮ੍ਹਾਂ b ਬਰਾਬਰ ਹੁੰਦਾ ਹੈ a ਦਾ ਵਰਗ ਮਾਈਨਸ b ਦੇ ਵਰਗ ਦੇ। ਹੁਣ ਇੱਥੇ a ਦੀ ਥਾਂ ਤੇ 7 ਅਤੇ b ਦੀ ਥਾਂ ਤੇ 3 ਗੁਣਾ ਵਰਗਮੂਲ 5 ਹੈ। ਤਾਂ ਇਸ ਤੋਂ ਭਾਵ 7 ਜਮ੍ਹਾਂ 3 ਗੁਣਾ ਵਰਗਮੂਲ 5 ਬਟਾ 7 ਮਾਈਨਸ 3 ਗੁਣਾ ਵਰਗਮੂਲ 5 ਇਹ ਬਰਾਬਰ ਆਵੇਗਾ 7 ਦਾ ਵਰਗ ਜਮ੍ਹਾਂ 2
गुणा सत गुणा तीन गुणा वर्गमूल पांच जमा तीन गुणा वर्गमूल पांच का वर्ग बटा सत का वर्ग माइनस तीन गुणा वर्गमूल पांच का वर्ग, क्योंकि असी जानते हाँ कि ए जमा बी सारे का वर्ग बराबर होता है। ए का वर्ग जमा दो गुणा ए गुणा बी जमा बी दे वर्ग दे इथे ए दी थां ते सत अते बी दी थां ते तीन गुणा वर्गमूल पांच है। ता इस तों भाव सत जमा तीन गुणा वर्गमूल पांच बटा सत माइनस तीन गुणा वर्गमूल पांच ए बराबर उनंजा जमा चौदह गुणा तीन गुणा वर्गमूल पांच जमा तीन का वर्ग गुणा वर्गमूल पांच का वर्ग बटा उनंजा माइनस तीन का वर्ग गुणा वर्गमूल पांच का वर्ग, क्योंकि असी तीन गुणा वर्गमूल पांच के वर्ग न इंच लिख सकते हाँ, ए बराबर तीन का वर्ग गुणा वर्गमूल पांच का वर्ग। हुण अंश के हर विच वक्रे वक्रे तौर पर वर्गमूल नाल वर्ग हटाते इस तों भाव सत जमा तीन गुणा वर्गमूल पांच बटा सत माइनस तीन गुणा वर्गमूल पांच ए बराबर उनंजा जमा बयाली गुणा वर्गमूल पांच जमा नौ गुणा पांच बटा उनंजा माइनस नौ गुणा पांच ए बराबर उनंजा जमा बयाली गुणा वर्गमूल पांच जमा पंताली बटा उनंजा माइनस पंताली अगा बराबर आवेगा उनंजा जमा पंताली जमा बयाली गुणा वर्गमूल पांच बटा चार दे बराबर चौरानवे जमा बयाली गुणा वर्गमूल पांच बटा चार। इसलिए दिते उदाहरण लई सत जमा तीन गुणा वर्गमूल पांच बटा सत माइनस तीन गुणा वर्गमूल पांच ए बराबर है चौरानवे जमा बयाली गुणा वर्गमूल पांच बटा चार जो कि दिते व्यंजक का परिमेय हर विच सरल रूप है। जो कि असी दर्शाना सी। आओ हुण एक होर उदाहरण वेखिए। जे ए अते बी दोवें परिमेय संख्यावां होण तां हेठ लिखे विच ए अते बी दा मुल पता करो। सानू दिता है वर्गमूल दो जमा वर्गमूल तीन बटा तीन गुणा वर्गमूल दो माइनस दो गुणा वर्गमूल तीन बराबर ए माइनस बी गुणा वर्गमूल छे दे। हल सानू दिता है वर्गमूल दो जमा वर्गमूल तीन बटा तीन गुणा वर्गमूल दो माइनस दो गुणा वर्गमूल तीन बराबर ए
माइनस बी गुणा वर्गमूल 6 दे। हुण इत्थे ए अते बी दा मुल पता करन लई पहला असी खब्बे पासे दिते व्यंजक नूं उसदे परिमेय हर दे सरल रूप विच लियावांगे। इस लई पहला असी खब्बा पासा लवांगे जो कि वर्गमूल 2 जमा वर्गमूल 3 बटा 3 गुणा वर्गमूल 2 माइनस 2 गुणा वर्गमूल 3 है। इसका हर 3 गुणा वर्गमूल 2 माइनस 2 गुणा वर्गमूल 3 है अते इस दे हर दा संबंधक तीन गुना वर्गमूल 2 जमा 2 गुना वर्गमूल 3 होवेगा क्योंकि इथे 3 गुना वर्गमूल 2 माइनस 2 गुना वर्गमूल 3 ती गुना 3 गुना वर्गमूल 2 जमा 2 गुना वर्गमूल 3 नाल करन ते असी प्राप्त करांगे ए बराबर 3 गुना वर्गमूल 2 दा वर्ग माइनस 2 गुना वर्गमूल 3 दा वर्ग जो कि असी बीजगणितिक तत्समक a माइनस b गुना a जमा b बराबर a दा वर्ग माइनस b दा वर्ग दी वर्तों करके प्राप्त करांगे। इथे a दी थां ते 3 गुना वर्गमूल 2 ਅਤੇ b ਦੀ ਥਾਂ ਤੇ 2 ਗੁਣਾ ਵਰਗਮੂਲ 3 ਲੈਣ ਤੇ ਅਸੀਂ a ਬਰਾਬਰ 3 ਗੁਣਾ ਵਰਗਮੂਲ 2 ਦਾ ਵਰਗ ਮਾਈਨਸ 2 ਗੁਣਾ ਵਰਗਮੂਲ 3 ਦਾ ਵਰਗ ਪ੍ਰਾਪਤ ਕਰਾਂਗੇ। ਇਸ ਨੂੰ ਅਗਾ ਇੰਜ ਲਿਖ ਸਕਦੇ ਹਾਂ a ਬਰਾਬਰ 3 ਦਾ ਵਰਗ ਗੁਣਾ ਵਰਗਮੂਲ 2 ਦਾ ਵਰਗ ਮਾਈਨਸ 2 ਦਾ ਵਰਗ ਗੁਣਾ ਵਰਗਮੂਲ 3 ਦਾ ਵਰਗ। ਹੁਣ ਇੱਥੇ ਵਰਗ ਨਾਲ ਵਰਗਮੂਲ ਹਟਾਉਣ ਤੇ ए बराबर 9 गुणा 2 माइनस 4 गुणा 3 बराबर 18 माइनस 12 बराबर 6 दे जड़ी की एक परिमेय संख्या है हुन दिते व्यंजक ते अंश अते हर नू इस ते हर दे संबंधक भाव 3 गुना वर्गमूल 2 जमा 2 गुना वर्गमूल 3 नाल गुणा करन ते असी प्राप्त करदे हां भाव वर्गमूल 2 जमा वर्गमूल 3 बटा 3 गुना वर्गमूल 2 माइनस 2 गुना वर्गमूल 3 ए बराबर वर्गमूल 2 जमा वर्गमूल 3 गुना 3 गुना वर्गमूल 2 जमा 2 गुना वर्गमूल 3 बटा 3 गुना वर्गमूल 2 माइनस 2 गुना वर्गमूल 3 गुना 3 गुना वर्गमूल 2 जमा 2 गुना वर्गमूल 3 हुन ए अगा बराबर वर्गमूल 2 गुना 3 गुना वर्गमूल 2 जमा 2 गुना वर्गमूल 3 जमा
वर्गमूल 3 गुणा वर्गमूल 2 जमा 2 गुणा वर्गमूल 3 बटा 3 गुणा वर्गमूल 2 दा वर्ग माइनस 2 गुणा वर्गमूल 3 दा वर्ग, क्योंकि असी a माइनस b गुणा a जमा b नू इंच लिख सकते हाँ, ए बराबर a दा वर्ग माइनस b दा वर्ग। इथे a दी थां ते 3 गुणा वर्गमूल 2 अते b दी थां ते 2 गुणा वर्गमूल 3 है। हुन a अगा बराबर वर्गमूल 2 गुणा 3 गुणा वर्गमूल 2 जमा वर्गमूल 2 गुणा 2 गुणा वर्गमूल 3 जमा वर्गमूल 3 गुणा 3 गुणा वर्गमूल 2 जमा वर्गमूल 3 गुणा 2 गुणा वर्गमूल 3 सारे दे बटा 3 दा वर्ग गुणा वर्गमूल 2 दा वर्ग माइनस 2 दा वर्ग गुणा वर्गमूल 3 दा वर्ग, क्योंकि असी 3 गुणा वर्गमूल 2 दे वर्ग नू इंच लिख सकते हां, ए बराबर 3 दा वर्ग गुणा वर्गमूल 2 दा वर्ग अते 2 गुणा वर्गमूल 3 दे वर्ग नू इंच लिख सकते हां, ए बराबर 2 दा वर्ग गुणा वर्गमूल 3 दा वर्ग। उन्हें थे हर विच वर्ग नाल वर्गमूल हटाउन ते असी अगा प्राप्त करांगे ए बराबर 3 गुणा वर्गमूल 2 दा वर्ग जमा 2 गुणा वर्गमूल 2 गुणा वर्गमूल 3 जमा 3 गुणा वर्गमूल 3 गुणा वर्गमूल 2 जमा 2 गुणा वर्गमूल 3 दा वर्ग सारे दे बटा 9 गुणा 2 माइनस 4 गुणा 3। ਹੁਣ ਇੱਥੇ ਅੰਸ਼ ਵਿੱਚ ਵਰਗ ਨਾਲ ਵਰਗਮੂਲ ਟਾਉਣ ਤੇ ਇਹ ਅਗਾ ਬਰਾਬਰ 3 ਗੁਣਾ 2 ਜਮਾ 2 ਗੁਣਾ 2 ਗੁਣਾ 3 ਸਾਰੇ ਦਾ ਵਰਗਮੂਲ ਜਮਾ 3 ਗੁਣਾ 3 ਗੁਣਾ 2 ਸਾਰੇ ਦਾ ਵਰਗਮੂਲ ਜਮਾ 2 ਗੁਣਾ 3 ਬਟਾ 18 ਮਾਈਨਸ 12, क्योंकि असी वर्गमूल 2 गुणा वर्गमूल 3 नू इंच लिख सकते हां, ए बराबर 2 गुणा 3 सारे दा वर्गमूल अते वर्गमूल 3 गुणा वर्गमूल 2 नू इंच लिख सकते हां, ए बराबर 3 गुणा 2 सारे दा वर्गमूल। हुन ए अगा बराबर 6 जमा 2 गुणा वर्गमूल 6 जमा 3 गुणा वर्गमूल 6 जमा 6 बटा 6। हुन अगा इस नू इंच लिखांगे, ए बराबर 6 जमा 6 जमा 2 गुणा वर्गमूल 6 जमा 3 गुणा वर्गमूल 6 बटा 6, जो कि असी इको जिहियां संख्यावां नू इकट्ठे तौर ते लिख के प्राप्त करांगे, भाव ए बराबर 12 जमा 5 गुना वर्गमूल 6 बटा 6, क्योंकि असी 2 गुना वर्गमूल 6 जमा 3 गुना वर्गमूल 6 नू इंच लिख सकते हां, ए बराबर 2 जमा 3 गुना वर्गमूल 6 बराबर 5 गुना वर्गमूल 6 दे, ता इस तों भाव इथे वर्गमूल 2 जमा वर्गमूल 3 बटा 3 गुना वर्गमूल 2 माइनस 2 गुना वर्गमूल 3 ए बराबर है 12 जमा 5 गुना वर्गमूल 6 बटा 6, यानी बराबर
12/6 जमा 5 गुणा वर्गमूल 6/6 हुण इत्थे 12 दी वंड 6 नाल करन ते असी 2 प्राप्त करांगे तां ए बराबर 2 जमा 5 गुणा वर्गमूल 6/6 इसलिए वर्गमूल 2 जमा वर्गमूल 3/3 गुना वर्गमूल 2 माइनस 2 गुना वर्गमूल 3 ए बराबर है 2 जमा 5 गुना वर्गमूल 6/6 पर सानू दिता है वर्गमूल 2 जमा वर्गमूल 3/3 गुना वर्गमूल 2 माइनस 2 गुना वर्गमूल 3 ए बराबर है ए माइनस बी गुना वर्गमूल 6 दे ता इस तो भाव इथे ए माइनस बी गुना वर्गमूल 6 बराबर 2 जमा 5 गुना वर्गमूल 6/6 इस नू इंच लिख सकते हैं। इस तो भाव ए माइनस बी गुना वर्गमूल 6 बराबर 2 माइनस माइनस 5/6 गुणा वर्गमूल 6 अजिहा असी दोहां पासियां दी तुलना करन लई भाव इन्हां नू तुलनात्मक बनाउन लई करदे हां क्योंकि असी 5 गुणा वर्गमूल 6/6 नू इंच भी लिख सकते हां ए बराबर माइनस गुणा माइनस 5/6 गुणा वर्गमूल 6 हुण दोहां पासियां दी तुलना करन ते इस तों भाव इत्थे ए बराबर 2 अते बी बराबर माइनस 5/6 है जो कि असी पता करना सी। इस एपीसोड विच तुसी करनिया दा प्रमेयीकरण अते इस दी वरतों बारे सिख्या है। उम्मीद करदा हां तुहानू एपीसोड पूरी तरह समझ आ गया होवेगा।